ਸਵਾਗਤ ਕਰਦਾ ਹਾਂ ਵੀਰੇ ਤੇ ਪੈਨ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਅੱਜ ਬਹੁਤ ਹੀ ਵਧੀਆ ਨੋਟੀਫਿਕੇਸ਼ਨ ਤੁਹਾਡੇ ਸਭ ਦੇ ਲਈ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਪੰਜਾਬ ਵਿੱਚ ਨਵੀਆਂ ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ ਸਟੈਨੋਗ੍ਰਾਫਰ ਸਹਾਇਕ ਜੂਨੀਅਰ ਇੰਜੀਨੀਅਰ ਠੀਕ ਹੈ ਜੀ ਦਫ਼ਤਰ ਸੇਵਾਦਾਰ ਤੇ ਹੋਰ ਕਈ ਪੋਸਟਾਂ ਜਿਹੜੀਆਂ ਨੇ ਆਊਟ ਹੋਈਆਂ ਨੇ ਇਸ ਦੇ ਵਿੱਚ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਤੋਂ ਲੈ ਕੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਹਰ ਇੱਕ ਤਰ੍ਹਾਂ ਦੀ ਕੈਟਾਗਰੀ ਉਹ ਹਰ ਤਰ੍ਹਾਂ ਦੇ ਜਿਹੜੇ ਪੋਸਟਾਂ ਲਈ ਆਊਟ ਹੋਏ ਨੇ ਤਾਂ ਮੈਂ ਤੁ ਸਾਂਗਾ ਸੁੰਡੇ ਅਤੇ ਕੁੜੀਆਂ ਸਾਰੇ ਕੈਂਡੀਡੇਟ ਪੰਜਾਬ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰਨ ਦੇ ਲਈ ਬਹੁਤ ਹੀ ਵਧੀਆ ਮੌਕਾ ਜਿਹੜਾ ਹੈ ਉਹ ਆ ਚੁੱਕਾ ਹੈ ਜੀ ਜਲਦੀ ਨਾਲ ਤੁਸੀਂ ਜਿਹੜਾ ਹੈ ਅਪਲਾਈ ਕਰ ਲਵੋ ਇਸ ਦੇ ਵਿੱਚ ਆਫੀਸ਼ਲ ਨੋਟੀਫਿਕੇਸ਼ਨ ਦੇ ਨਾਲ ਤੁਹਾਨੂੰ ਮੈਂ ਦੱਸਾਂਗਾ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਲੇਕਿਨ ਉਸ ਤੋਂ ਪਹਿਲਾਂ ਅਗਰ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਬੈਲ ਬਟਨ ਦਬਾਣਾ ਨਾ ਭੁੱਲਣਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡ ਤੋਂ ਮਿਸ ਨਾ ਹੋ ਜਾਵੇ ਔਰ ਸਾਡੇ ਦੂਸਰੇ YouTube ਚੈਨਲ ਵੀ ਹੈ CH Education ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਕੋਈ ਨੋਟੀਫਿਕੇਸ਼ਨ ਤੁਹਾਡਾ ਜਿਹੜਾ ਮਿਸ ਨਾ ਹੋ ਜਾਵੇ ਹੁਣ ਅਸੀਂ ਚੱਲਦੇ ਹਾਂ ਜੀ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਪੋਸਟਾਂ ਉੱਤੋਂ ਯਾਨੀ ਐਸ ਸੀ ਐਸ ਅਸਿਸਟੈਂਟ ਦੀਆਂ ਇੱਕ ਪੋਸਟਾਂ ਜੂਨੀਅਰ ਇੰਜੀਨੀਅਰ ਦੀਆਂ ਤਿੰਨ ਪੋਸਟਾਂ ਨੇ ਸੀਨੀਅਰ ਟੈਕਨੀਸ਼ੀਅਨ ਦੀਆਂ ਅੱਠ ਪੋਸਟਾਂ ਨੇ ਟੈਕਨੀਸ਼ੀਅਨ ਦੀਆਂ 26 ਪੋਸਟਾਂ ਨੇ ਜੂਨੀਅਰ ਅਸਿਸਟੈਂਟ ਦੇ 13 ਪੋਸਟਾਂ ਨੇ ਸੀਨੀਅਰ ਅਸਿਸਟੈਂਟ ਦੀਆਂ 6 ਸਟੈਨੋਗ੍ਰਾਫਰ ਦੀਆਂ ਦੋ ਸਟੈਨੋਗ੍ਰਾਫਰ ਦੀਆਂ ਦੋ ਅਤੇ ਆਫਿਸ ਅਸਿਸਟੈਂਟ ਦੀਆਂ ਨੋ ਇਸ ਦੇ ਵਿੱਚ ਦੇਖੋ ਤੁਸੀਂ ਟੋਟਲ ਨੰਬਰ ਦੇ ਪੋਸਟਾਂ ਨੇ 93 ਪੋਸਟਾਂ ਆਊਟ ਹੋਈਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਆ ਕਿ ਇਸ ਦੇ ਵਿੱਚ ਆਨਲਾਈਨ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਫਿਲ ਕਰਕੇ ਸਬਮਿਟ ਕਰਨਾ ਹੈ ਜੀ 1 ਨਵੰਬਰ ਤੋਂ ਸਟਾਰਟ ਹੋ ਜਾਏਗਾ ਔਰ ਲਾਸਟ ਡੇਟ ਜਿਹੜੀ 3 ਨਵੰਬਰ ਤવાડી ਰਹੇਗੀ ਆਨਲਾਈਨ ਜਿਹੜੀ ਫਾਰਮ ਸਬਮਿਟ ਕਰਨ ਦੀ ਨੈਕਸਟ ਐਪਲੀਕੇਸ਼ਨ ਦੀ ਫੀਸ ਦੀ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੇ ਜਿਹੜੇ ਨੇ 500 ਰੁਪਏ ਜਿਹੜੀ ਐਪਲੀਕੇਸ਼ਨ ਫੀਸ ਹੋਏਗੀ ਜਿਹੜੀ ਕਿ ਜਨਰਲ ਕੈਟਾਗਰੀ ਲਈ ਹੋਏਗੀ ਐਸਸੀ ਐਸਟੀ ਅਤੇ ਪੀਐਚ ਅਤੇ ਔਮਨ ਕੈਂਡੀਡੇਟ ਲਈ ਕੋਈ ਫੀਸ ਜੜੀ ਉਹ ਨਹੀਂ ਦਿੱਤੀ ਜਾਵੇਗੀ ਨੈਕਸਟ ਅਸੀਂ ਗੱਲ ਕਰਦੇ ਕੁਆਲੀਫਿਕੇਸ਼ਨ ਦੀ ਟੈਕਨੀਕਲ ਅਸਿਸਟੈਂਟ ਲਈ ਬੀਈ ਬੀਟੈਕ ਐਂਡ ਐਮਸੀਏ ਵਾਲੇ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਨੈਕਸਟ ਹੈਗੇ ਜੀ ਐਸਐਸ ਅਸਿਸਟੈਂਟ ਦੀ ਬੈਚਲਰ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਯਾ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ ਜੂਨੀਅਰ ਇੰਜੀਨੀਅਰ ਦੀ ਗੱਲ ਕਰੀਏ ਬੀਈ ਬੀਟੈਕ ਸਿਵਲ ਇਲੈਕਟ੍ਰੀਕਲ ਇੰਜੀਨੀਅਰਿੰਗ ਵਾਲੇ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਚਾਹੇ ਡਿਪਲੋਮਾ ਹੋਵੇ ਚਾਹੇ ਡਿਗਰੀ ਹੋਵੇ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਹੈ ਲਾਈਵ ਇਹਦੇ ਵਿੱਚ ਜਿਹੜੀ ਆਪਸ਼ਨ ਹੈਗੇ ਡਿਗਰੀ ਵਾਲੇ ਵੀ ਅਪਲਾਈ ਕਰ ਸਕਣਗੇ ਔਰ ਸੀਨੀਅਰ ਟੈਕਨੀਸ਼ੀਅਨ ਦੇ ਵਿੱਚ ਪਲੱਸ 2 ਵਾਲੇ ਜਿਹੜੇ ਅਪਲਾਈ ਕਰ ਸਕਦੇ ਨੇ ਜਿਹੜੇ 60% ਮ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਬੈਚਲਰ ਡਿਗਰੀ ਕਿਸੇ ਨੇ ਕੀਤੀ ਹੋਈ ਸਾਇੰਸ ਆਰਟਸ ਅਤੇ ਕਮਰਸ ਦੇ ਵਿੱਚ ਅਗਰ ਕੀਤੀ ਹੋਈ ਰੈਕੋਗਨਾਈਜ਼ ਬੋਰਡ ਤੋਂ ਤਾਂ ਉਹ ਵੀ ਅਪਲਾਈ ਕਰ ਸਕਦੇ ਨੇ ਨੈਕਸਟ ਅਸੀਂ ਦੱਸ ਦਿੰਨੇ ਹਾਂ ਜੀ ਇਹ ਜਿਹੜੀ ਪੋਸਟ ਆਊਟ ਹੋਈਆਂ ਨੇ ਐਨਆਈਟੀ ਜਲੰਧਰ ਦੇ ਵੱਲੋਂ ਹੋਈਆਂ ਨੇ ਇਸ ਦੇ ਵਿੱਚ ਜਿਹੜੇ ਵੀ ਇੰਟਰਸਟਿਡ ਕੈਂਡੀਡੇਟ ਨੇ ਉਹ ਆਨਲਾਈਨ ਅਪਲੀਕੇਸ਼ਨ ਸਬਮਿਟ ਕਰ ਸਕਦੇ ਨੇ ਲਿੰਕ ਤੁਹਾਨੂੰ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਤੇ ਇਹ ਸੀਗੀ ਜੀ ਅੱਜ ਦੀ ਵੀਡੀਓ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਤਤਤ ਗਲੀ ਧੰਨਵਾਦ ਜੀ